ਸਾਇਓ ਤਾਂ ਨਹੀਂ ਸਾਨੂੰ ਤੋਂ ਕਹਿ ਦਿੱਤਾ ਜੀ ਨਾ ਰਾਵੀ ਲੋਕੋ ਸਾਰਿਆਂ ਨੂੰ ਬੇਨਤੀ ਆ ਇੱਥੇ ਇੱਕ ਸੁਖਸ਼ਾ ਇਹ ਸਿਆਸੀ ਗੈਰ ਸਿਆਸੀ ਨਹੀਂ ਗੱਲ ਸਿਆਸਤ ਹਰ ਭਾਈ ਹੁੰਦੀ ਆ ਹਰ ਬੰਦੇ ਸਿਆਸੀ ਆ ਆਪਾਂ ਘਰ ਦੀ ਨਾ ਸਿਆਸਤ ਕਰਦੇ ਹਾਂ ਬੜਾ ਕਬੀਲਦਾਰ ਹੁੰਦਾ ਨਾ ਬਜ਼ੁਰਗ ਬੰਦਾ ਸਾਡੇ ਪਰਿਵਾਰ ਦਾ ਮੋਢੀ ਹੁੰਦਾ ਹੈ ਉਹਦੇ ਦੋ ਉਹਦੇ ਬੱਚੇ ਆ ਦੋ ਬੇਟੇ ਆ ਜਾਂ ਤਿੰਨ ਆ ਚਾਰ ਆ ਉਹਨਾਂ ਨੂੰ ਉਸ ਪਰਿਵਾਰ ਨੂੰ ਕਿਵੇਂ ਸਿਆਸਤ ਕਰਾਉਣਾ ਇਹ ਘਰਾਂ ਦੀ ਵੀ ਸਿਆਸਤ ਹੁੰਦੀ ਹੈ ਆਪਾਂ ਕਦੇ ਨਾ ਕਹਿਆ ਕਰਕੇ ਵੀ ਇਹ ਗੈਰ ਸਿਆਸੀ ਆ ਜੀ ਇੱਥੇ ਕੋਈ ਵੀ ਬੰਦਾ ਆਵੇ ਉਹ ਕਾਂਗਰਸ ਵੱਲੋਂ ਆਵੇ ਉਹ ਅਕਾਲੀ ਦਲ ਵੱਲੋਂ ਆਵੇ ਉਹ ਆਮ ਆਦਮੀ ਪਾਰਟੀ ਆਵੇ ਉਹ ਕਿਸੇ ਹੋਰ ਦਲ ਵੱਲੋਂ ਆਵੇ ਜਿਹੜਾ ਬੰਦਾ ਦਰਦ ਨੂੰ ਲੈ ਕੇ ਆਉਂਦਾ ਅਸੀਂ ਸਵਾਗਤ ਕਰਦੇ ਸੋ ਧੰਨਵਾਦ ਮੇਰੀ ਡਿਊਟੀ ਹੈ ਜੀ ਜੋ ਮੈਨੂੰ ਕਿਹਾ ਜਾਂਦਾ ਪ੍ਰਬੰਧਕਾਂ ਵੱਲੋਂ ਮੈਂ ਉਹ ਚੀਜ਼ ਬੋਲ ਰਿਹਾ ਤੇ ਹੁਣ ਸਮੇਂ ਦਾ ਖਿਆਲ ਰੱਖਿਆ ਜਾਵੇ ਲਾਸਟ ਬੇਨਤੀ ਜਿਹੜੇ ਵੀ ਇੱਧਰ ਖੜੇ ਨੇ ਧੱਕਾ ਮਾਰ ਕੇ ਵੀ ਅੰਦਰ ਆਉਣ ਦੀ ਕੋਸ਼ਿਸ਼ ਨਾ ਕਰੋ ਬਾਰ ਬਾਰ ਸਾਡੇ ਪ੍ਰਬੰਧਕ ਆ ਕੇ ਮੈਨੂੰ ਕਹਿ ਰਹੇ ਨੇ ਜੀ ਭਾਈ ਜਸਕਰਨ ਸਿੰਘ ਪੰਸੂਆ ਅੱਜ ਆਪਾਂ ਸਾਰਿਆਂ ਨੇ ਪੰਜਾਬ ਦੇ ਦਰਦ ਨੂੰ ਲੈ ਕੇ ਨੌਜਵਾਨੀ ਦੇ ਦਰਦ ਨੂੰ ਲੈ ਕੇ ਜਬਰ ਦੇ ਦਰਦ ਨੂੰ ਲੈ ਕੇ ਗੈਰ ਕਾਨੂੰਨੀ ਵਰਤਾਰੇ ਦੇ ਦਰਦ ਨੂੰ ਲੈ ਕੇ ਜਿਹੜਾ ਮਾਹੌਲ ਇੰਡੀਅਨ ਸਟੇਟ ਨੇ ਇੱਕ ਕ੍ਰੀਏਟ ਕੀਤਾ ਇੱਕ ਪੈਦਾ ਕੀਤਾ ਸਟੇਟ ਦੀ ਸਰਕਾਰ ਦੇ ਨਾਲ ਅੱਜ ਆਪਾਂ ਇੰਡੀਅਨ ਸਟੇਟ ਦੇ ਨਾਲ ਗੁਲਾਮੀ ਵਾਲੀ ਜ਼ਿੰਦਗੀ ਆਜ਼ਾਦ ਹਸਤੀ ਦੇ